ज्ञानी रणजीत सिंह गौहर ने उस हुक्मनामे नूं चैलेंज किया है। वो कहिंदे कि ये बिल्कुल मनन योग नहीं है क्योंकि ये चार प्यारे ने जिहड़ा पंजवां आ उहदी उम्र छोटी है। इस तरीके दी उन्होंने गल्लां कीतीआं ने। उस अज्ञानी नूं ये नहीं पता भी जोरावर सिंह बाबा जोरावर सिंह ते बाबा फतेह सिंह की उम्र किन्नी सी। इत्थे उमरां नूं प्रेफरेंस नहीं है, इत्थे क्वांटिटी नूं प्रेफरेंस नहीं हैगी, क्वालिटी नूं प्रेफरेंस आ। ओ पंज प्यारे साहिबाना ने जिहड़ी साडी पुरातन रवायत है गुरमते दी उहनूं बहाल कीता हैगा। असीं उहनां दी उस गल नूं सल्यूट करदे हां ते उहनां दे नाल असीं उहनां दे चरणां ते सिर रख के उहनां नूं नमस्कार भी करदे हां कि उहनां ने बोल सो धर्मी अड़िया मोहन कत धारी। उहनां ने धर्मी होण दा जिहड़ा अपना फर्ज निभाया है। ਹੁਣ ਹੁਕਮਨਾਮਾ ਤਾਂ ਝੂਠਾ ਹੋ ਨਹੀਂ ਸਕਦਾ ਜੇ ਹੁਕਮਨਾਮੇ ਵਿੱਚ ਸਭਾ ਸ਼ੇਰ ਦੀ ਲਿਖੀ ਹੈ, ਕਿਰਪਾਨ ਉਹ ਤਾਂ ਗਾਇਬ ਹੋ ਜਾਂਦੀ ਹੈ। ਜਦਕਿ ਸ਼ਰਧਾਲੂ ਦੀ ਭਾਵਨਾ ਆਹਤ ਹੋਈ ਹੈ। 295 ਇਹ ਤਾਂ ਇਹਨਾਂ ਵੱਲੋਂ ਬਣਦੀ ਸੀ, ਪਰ ਗਜ਼ਬ ਦੀ ਗੱਲ ਹੈ ਵੀ ਇਹਨਾਂ ਦੇ ਉੱਤੇ ਹੀ ਲਵਾ ਦਿੱਤੀ ਗਈ। ਦੂਜੀ ਗੱਲ ਅਸੀਂ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦੇ ਹਾਂ ਵੀ 295A ਦਾ ਕੌਣ ਬੰਦੇ ਆ, ਉਹਨਾਂ ਦੀ ਆਈਡੈਂਟੀ, ਉਹਨਾਂ ਦੀ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਤੁਸੀਂ? ਐਂ ਤਾਂ ਕੋਈ ਵੀ ਅੱਟ ਕੇ ਦਬਾਅ ਪਾ ਕੇ ਆ ਗਏ ਸਰ, ਕਾਨੂੰਨ ਦਾ ਕੁਝ ਵੀ ਨਹੀਂ ਹੈਗਾ। ਇਹਦਾ ਮਤਲਬ ਤੁਸੀਂ ਦਬਾਅ ਹੇਠ ਹੀ ਚੱਲਦੇ ਹੋ, ਇਹ ਫਿਰ ਸੱਚ ਆ, ਫਿਰ ਉੱਥੋਂ ਵਾਲਾ ਵੀ ਝੂਠਾ ਤੇ ਇੱਥੋਂ ਵਾਲਾ ਵੀ ਝੂਠਾ। ਇਸ ਅਖੌਤੀ ਜਥੇਦਾਰ ਦੇ ਨੱਕ 'ਚ ਨਕੇਲ ਆਪਾਂ ਹੁਣ ਪਾਈਏ ਵੀ ਇਹਨੂੰ ਕਿਸੇ ਸਟੇਜ ਤੋਂ ਬੋਲਣ ਨਾ ਦਈਏ ਇਹਦੀਆਂ ਸਟੇਜਾਂ, ਕਿਉਂਕਿ ਇਹਦਾ ਤੋਰਾ ਫੁਲਕਾ ਸਟੇਜਾਂ ਤੋਂ ਚੱਲਦਾ। ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ, ਠੱਗਿਆ ਕੌਣ ਜਾਊ ਜਿਹੜਾ ਵਿਸ਼ਵਾਸ ਕਰੂ। ਇਹਨਾਂ ਨੇ ਵਿਸ਼ਵਾਸ ਕੀਤਾ ਤਖ਼ਤ ਸਾਹਿਬ ਦੇ ਜਥੇਦਾਰ ਤੇ ਤੇ ਜਥੇਦਾਰ ਠੱਗ ਰਾਜੇ ਸ਼ੀ ਮੁਕੱਦਮ ਕੁੱਤੇ। ਜਦੋਂ ਗੱਲ ਹੀ ਸਾਰੀ ਇਹ ਹੋ ਗਈ ਆ ਵੀ ਜਿਹੜਾ ਧਰਮੀ ਆ ਉਹ ਠੱਗ ਬਣ ਗਿਆ ਤੇ ਹੁਣ ਤਖ਼ਤ ਸਾਹਿਬ ਦੇ ਉੱਤੇ ਅਸੀਂ ਠੱਗ ਰੱਖੇ ਹੋਏ ਆ, ਆਹ ਜਿਹੜੇ ਦੂਜੇ ਵੀ ਦੋ ਚਾਰ ਠੱਗ ਆ ਉਹਨਾਂ ਨੂੰ ਵੀ ਖੰਗਾਲਣ। ਮੈਂ ਕਹਿੰਦਾ ਸ਼ਾਬਾਸ਼ ਡਾਕਟਰ ਸਾਹਿਬ ਵਰਗਾ ਹੋਰ ਵੀ ਕੋਈ ਉੱਠੇ। ਮੈਂ ਕਿਹਾ ਜੀ ਇਹਨਾਂ ਨੇ ਪੂਰਾ ਸਹੀ ਆਪਰੇਸ਼ਨ ਕੀਤਾ, ਸਹੀ ਟ੍ਰੀਟਮੈਂਟ ਉਹਦੀ, ਹੁਣ ਪੰਥ ਕਰੇਗਾ। ਇੱਕ ਮੇਰੇ ਮਨ ਦੇ ਵਿੱਚ ਸਵਾਲ ਇਹ ਆ ਰਿਹਾ ਜਿਵੇਂ ਕਿ ਸਤਿਕਾਰ ਕਮੇਟੀਆਂ ਬੜੀਆਂ ਸਤਿਕਾਰਯੋਗ ਨੇ, ਜੀ ਜੀ ਜੀ, ਤੁਸੀਂ ਇੱਕ ਸੱਚ ਦਾ ਸਾਥ ਦਿੱਤਾ ਕਿਉਂਕਿ ਸਮਰਾ ਜੀ ਨੇ ਇੱਕ ਵੱਡੀ ਲੜਾਈ ਲੜੀ ਹੈ ਜੀ, ਔਰ ਜਥੇਦਾਰ ਨੂੰ ਪੰਜ ਪਿਆਰੇ ਸਾਹਿਬਾਨ ਨੇ ਤਨਖਾਹੀਆ ਕਰਾਰ ਦੇ ਦਿੱਤਾ ਜੀ, ਉਹਨਾਂ ਨੇ ਕੱਲ ਇਹ ਆਪਣੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਪੰਜ ਪਿਆਰੇ ਸਾਹਿਬਾਨਾਂ ਨੇ ਹੁਕਮਨਾਮਾ ਜਾਰੀ ਕੀਤਾ ਜੀ, ਗਿਆਨੀ ਰਣਜੀਤ ਸਿੰਘ ਗੌਹਰ ਨੇ ਉਸ ਹੁਕਮਨਾਮੇ ਨੂੰ ਚੈਲੰਜ ਕੀਤਾ। ਉਹ ਕਹਿੰਦੇ ਕਿ ਇਹ ਬਿਲਕੁਲ ਮੰਨਣ ਯੋਗ ਨਹੀਂ ਹੈ ਕਿਉਂਕਿ ਇਹਦੇ ਵਿੱਚ ਚਾਰ ਪਿਆਰੇ ਨੇ, ਜਿਹੜਾ ਪੰਜਵਾਂ ਆ ਉਹਦੀ ਉਮਰ ਛੋਟੀ ਹੈ। ਇਸ ਤਰੀਕੇ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਜੀ। ਹੁਣ ਉਹ ਹੁਣ ਤੁਸੀਂ ਸ਼ਬਦ ਗਿਆਨੀ ਵਰਤਿਆ, ਜੇ ਐੜਾ ਲਾ ਦਿਓ ਮੋਹਰੇ ਤਾਂ ਬਹੁਤ ਵਧੀਆ ਹੋਵੇ। ਉਸ ਅਗਿਆਨੀ ਨੂੰ ਇਹ ਨਹੀਂ ਪਤਾ ਵੀ ਜੋਰਾਵਰ ਸਿੰਘ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਉਮਰ ਕਿੰਨੀ ਸੀ। ਇੱਥੇ ਉਮਰਾਂ ਨੂੰ ਪ੍ਰੈਫਰੈਂਸ ਨਹੀਂ ਹੈ, ਇੱਥੇ ਕੁਆਂਟਿਟੀ ਨੂੰ ਪ੍ਰੈਫਰੈਂਸ ਨਹੀਂ ਹੈਗੀ, ਕੁਆਲਿਟੀ ਨੂੰ ਪ੍ਰੈਫਰੈਂਸ ਆ। ਉਹਨਾਂ ਨੇ ਉਹ ਕੀਤਾ, ਪੰਜ ਪਿਆਰੇ ਗੁਰੂ ਦਾ ਰੂਪ ਹੈ ਅਤੇ ਕਿਤੇ ਵੀ ਮਦ ਵਿੱਚ, ਕਿਤੇ ਵੀ ਹੁਕਮਨਾਮਿਆਂ ਵਿੱਚ, ਕਿਤੇ ਵੀ ਰਹਿਤਨਾਮੇ ਵਿੱਚ, ਪੁਰਾਣਿਆਂ ਵਿੱਚ ਉਮਰ ਦਾ ਤਕਾਜ਼ਾ ਨਹੀਂ ਲਿਖਿਆ ਹੋਇਆ ਜੀ, ਉਮਰ ਦਾ ਤਕਾਜ਼ਾ ਕਿਤੇ ਵੀ ਨਹੀਂ ਲਿਖਿਆ ਹੋਇਆ। ਪਰੰਤੂ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਜੀ, ਹੁਣ ਝੂਠੇ ਬੰਦੇ ਨੂੰ ਤਾਂ ਅੱਗ ਲੱਗੂਗੀ। ਹੁਣ ਅਰਬਾਂ ਖਰਬਾਂ ਕਰੋੜਾਂ ਰੁਪਈਏ ਖਾਧੇ ਆ, ਉਹ ਦੇਣੇ ਪੈਣੇ ਆ ਤਾਂ ਉਹ ਉਮਰ ਕਰਦੇ ਆ। ਇੱਕ ਇਨਸਾਨ ਨੂੰ ਪੰਜਾਂ ਦੇ ਉੱਤੇ ਉਂਗਲ ਚੁੱਕਣ ਦਾ ਅਧਿਕਾਰ ਨਹੀਂ ਹੈ ਜੀ। ਪੰਜਾਂ ਦੇ ਅੱਗੇ ਸੱਚੇ ਪਾਤਸ਼ਾਹ ਨੇ ਨੀਵੇਂ ਹੋ ਕੇ ਅੰਮ੍ਰਿਤ ਦੀ ਪੌਲ ਲਈ ਸੀ, ਖੰਡੇ ਕੀ ਪੌਲ ਸਕੀ ਸੀ ਪੰਜਾਂ ਕੋਲੋਂ, ਪੰਜਾਂ ਨੂੰ ਤ੍ਰੀਜ ਦਿੱਤੀ ਸੀ। ਇਹ ਕੌਣ ਹੁੰਦੇ ਆ ਪੰਜਾਂ ਨੂੰ ਚੈਲੰਜ ਕਰਨ ਵਾਲੇ? ਬੜੇ ਸਤਿਕਾਰਯੋਗ ਸਤਿਕਾਰ ਕਮੇਟੀ, ਜਿਵੇਂ ਸਤਿਕਾਰ ਕਮੇਟੀ ਤੋਂ ਭਾਈ ਸੁਖਜੀਤ ਸਿੰਘ ਖੋਸਾ ਜੀ ਆਪ ਜੀ ਹੋ ਗਏ ਜੀ, ਤੇ ਇਧਰੋਂ ਸਤਿਕਾਰ ਕਮੇਟੀ ਤੋਂ ਭਾਈ ਦਵਿੰਦਰ ਸਿੰਘ ਜੀ ਹੋਰੀ, ਬੜੇ ਸਤਿਕਾਰਯੋਗ ਨੇ, ਪੰਥਕ ਸ਼ਫਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਿਚਰਦੇ ਨੇ ਜੀ। ਕਿਰਤੀ ਸਿੱਖ ਨੇ ਆਪਣੀਆਂ ਦਿਹਾੜੀਆਂ ਭੰਨ ਕੇ ਵੀ ਜਾਂਦੇ ਨੇ ਜੀ। ਜੋ ਪੰਜ ਪਿਆਰੇ ਸਾਹਿਬਾਨਾਂ ਨੇ ਹੁਕਮਨਾਮਾ ਜਾਰੀ ਕੀਤਾ ਹੈ ਤੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਤਨਖਾਹੀਆ ਕਰਾਰ ਦਿੱਤਾ ਆ, ਕੀ ਤੁਸੀਂ ਸਾਰੇ ਪੰਜਾਂ ਪਿਆਰਿਆਂ ਦੇ ਇਸ ਬਿਆਨ ਦੇ ਨਾਲ ਸਹਿਮਤੀ ਰੱਖਦੇ ਹੋ? ਮੈਂ ਕਿਹਾ ਜੀ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਹਾਂ ਕਿ ਕੌਮ ਨੇ ਅੱਗੇ ਚੇਤਾ ਭੁਲਾ ਲਿਆ ਸੀ ਜਦੋਂ ਮੱਕੜ ਨੇ ਪੰਜ ਪਿਆਰਿਆਂ 'ਤੇ ਉਂਗਲ ਚੁੱਕੀ ਹੈ ਪੰਜ ਪਿਆਰਿਆਂ ਨੂੰ। ਅੱਜ ਉਹ ਪੰਜ ਪਿਆਰੇ ਸਾਹਿਬਾਨਾਂ ਨੇ ਜਿਹੜੀ ਸਾਡੀ ਪੁਰਾਤਨ ਰਵਾਇਤ ਹੈ ਗੁਰਮਤੇ ਦੀ ਉਹਨੂੰ ਬਹਾਲ ਕੀਤਾ ਹੈਗਾ। ਅਸੀਂ ਉਹਨਾਂ ਦੀ ਉਸ ਗੱਲ ਨੂੰ ਸਲਿਊਟ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਚਰਨਾਂ 'ਤੇ ਸਿਰ ਰੱਖ ਕੇ ਉਹਨਾਂ ਨੂੰ ਨਮਸਕਾਰ ਵੀ ਕਰਦੇ ਹਾਂ ਕਿ ਉਹਨਾਂ ਨੇ ਬੋਲ ਸੋ ਧਰਮੀ ਅੜਿਆ ਮੋਹਨ ਕੱਤ ਧਾਰੀ।
उन्होंने धर्मी होने का जिहड़ा अपना फर्ज निभाया आ कौम उन्होंने नाल खड़ी हैगी है जी। ते अगे वास्ते भी पंज प्यारे जिन्ने पंज प्यारे ही कंसैप्ट च हैगे आ जथेदार ते किते कंसैप्ट च भी नहीं हैगा मैनूं पता मेरे तक मेरे जे मैं ठीक होवां तां एक जानकारी होर दे दिओ ਜਿਵੇਂ ਪੰਜ ਪਿਆਰੇ ਸਾਹਿਬਾਨਾਂ ਨੇ ਜੋ ਫੈਸਲਾ ਲਿਆ ਆ ਪੰਜ ਪਿਆਰੇ ਸਾਹਿਬਾਨਾਂ ਦੇ ਇਸ ਫੈਸਲੇ ਦੇ ਉੱਪਰ ਕੌਮ ਨੇ ਮੋਹਰ ਲਾ ਦਿੱਤੀ ਹੈ ਜੀ। ਪਰ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵੱਲੋਂ ਪਿਛਲੇ ਸਮੇਂ ਦੇ ਵਿੱਚ ਡਾਕਟਰ ਸਮਰਾ ਜੀ ਦੇ ਉੱਪਰ 295A ਦਾ ਪਰਚਾ ਪਟਨਾ ਸਾਹਿਬ ਦੀ ਧਰਤੀ 'ਤੇ ਦਰਜ ਕਰਵਾਇਆ ਗਿਆ ਉਸ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਕਹਿ ਕੇ ਜਿਸ ਦਿਨ ਫੈਸਲਾ ਹੋਣਾ ਸੀ ਉਦਣ ਵੀ ਉਹ ਜਿਹੜੇ ਕੁਛ ਕੁ ਸੱਜਣ ਨੇ ਉਹ ਉੱਥੇ ਗਏ ਸਨ ਉਹਨਾਂ ਨੂੰ ਕਹਿ ਕੇ ਕਰਤਾਰਪੁਰ ਦੇ ਵਿੱਚ ਵੀ ਇਹਨਾਂ 'ਤੇ 295A ਦਾ ਪਰਚਾ ਦਰਜ ਕਰਵਾਇਆ ਗਿਆ ਔਰ ਜੇ ਪ੍ਰਸ਼ਾਸਨ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਸਾਡੇ ਕੋਲ ਸਿੰਘ ਆ ਗਏ ਸੀ ਉਹਨਾਂ ਨੇ ਦਬਾਅ ਪਾਇਆ ਜਿਸ ਦਬਾਅ ਦੇ ਵਿੱਚ ਆ ਕੇ ਸਾਨੂੰ ਪਰਚਾ ਦਰਜ ਕਰਨਾ ਪਿਆ ਜੇ ਮੰਨ ਲਓ ਕੱਲ੍ਹ ਨੂੰ ਉਹ 295A ਦਾ ਪਰਚਾ ਰੱਦ ਨਹੀਂ ਹੁੰਦਾ ਅਤੇ ਸਤਿਕਾਰ ਕਮੇਟੀਆਂ ਸਾਥ ਦੇਣਗੀਆਂ ਦੇਖੋ ਜੀ ਇਹੋ ਜਿਹੇ ਝੂਠੇ ਪਰਚੇ ਮੇਰੇ 'ਤੇ 50 ਰੱਦ ਹੈਗੇ ਦਰਜ 2012 ਤੋਂ ਲੈ ਕੇ ਕਈ ਪਰਚੇ ਇਹੋ ਜਿਹੇ ਪਰਚਿਆਂ ਪੁਰਚਿਆਂ ਦੀ ਅਸੀਂ ਪਰਵਾਹ ਨਹੀਂ ਕਰਦੇ ਦੂਜੀ ਗੱਲ ਅਸੀਂ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦੇ ਹਾਂ ਵੀ 295A ਦਾ ਕੌਣ ਬੰਦੇ ਆ ਉਹਨਾਂ ਦੀ ਆਈਡੈਂਟੀ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਤੁਸੀਂ ਐਂ ਤਾਂ ਕੋਈ ਵੀ ਉੱਠ ਕੇ ਦਬਾਅ ਪਾ ਕੇ ਆ ਗਿਆ ਇਹਦਾ ਮਤਲਬ ਕਾਨੂੰਨ ਦਾ ਕੁਝ ਵੀ ਨਹੀਂ ਹੈਗਾ ਇਹਦਾ ਮਤਲਬ ਤੁਸੀਂ ਦਬਾਅ ਹੇਠ ਹੀ ਚੱਲਦੇ ਹੋ ਇਹ ਫਿਰ ਸੱਚ ਆ ਫਿਰ ਉੱਥੋਂ ਵਾਲਾ ਵੀ ਝੂਠਾ ਅਤੇ ਇੱਥੋਂ ਵਾਲਾ ਵੀ ਝੂਠਾ ਜੇ ਉਹ ਕਹਿੰਦੇ ਦਬਾਅ ਸਵਾਲ ਇਹ ਪੈਦਾ ਹੋ ਜਾਂਦਾ ਆ ਜੀ ਹੁਕਮਨਾਮੇ ਦੇ ਵਿੱਚ ਕਿਰਪਾਨ ਦਿੱਤੀ ਗਈ ਹੈ ਜੀ ਹੁਕਮਨਾਮੇ ਦੇ ਵਿੱਚ ਲਿਖਿਆ ਗਿਆ ਵੀ ਸਵਾ ਸੇਰ ਸੋਨੇ ਦੀ ਕਿਰਪਾਨ ਗੁਰੂ ਘਰ ਨੂੰ ਭੇਟਾ ਕੀਤੀ ਗਈ ਹੈ ਨਾ ਹੁਣ ਹੁਕਮਨਾਮਾ ਤਾਂ ਝੂਠਾ ਹੋ ਨਹੀਂ ਸਕਦਾ ਜੇ ਹੁਕਮਨਾਮੇ ਵਿੱਚ ਸਵਾ ਸੇਰ ਦੀ ਲਿਖੀ ਹੈ ਕਿਰਪਾਨ ਉੱਥੋਂ ਗਾਇਬ ਹੋ ਜਾਂਦੀ ਹੈ ਜਦਕਿ ਸ਼ਰਧਾਲੂ ਦੀ ਭਾਵਨਾ ਆਹਤ ਹੋਈ ਹੈ 295A ਤਾਂ ਇਹਨਾਂ ਵੱਲੋਂ ਬਣਦੀ ਸੀ ਪਰ ਗਜ਼ਬ ਦੀ ਗੱਲ ਹੈ ਵੀ ਇਹਨਾਂ ਦੇ ਉੱਤੇ ਹੀ ਲਵਾ ਦਿੱਤੀ ਗਈ ਮੈਂ ਕਿਹਾ ਜੀ ਅੱਗੇ ਅੱਗੇ ਦੇਖੋ ਹੁੰਦਾ ਹੈ ਕਿਆ ਅਸੀਂ ਇਹਨਾਂ ਦੇ ਨਾਲ ਆ ਕੇ ਖੜ ਗਿਆ ਹੋਇਆ ਖਾਲਸਾ ਪੰਥ ਅਸੀਂ ਉਹਨਾਂ 'ਤੇ ਪਰਚਾ ਵੀ ਕਰਵਾਵਾਂਗੇ ਔਰ ਅਸੀਂ ਸੰਗਤ ਨੂੰ ਕਹਾਂਗੇ ਵੀ ਜਿਵੇਂ ਚੰਦੂ ਦੇ ਨੱਕ ਵਿੱਚ ਨਕੇਲ ਪਾਈ ਸੀ ਖਾਲਸਾ ਪੰਥ ਨੇ ਇਸ ਅਖੌਤੀ ਜਥੇਦਾਰ ਦੇ ਨੱਕ 'ਚ ਨਕੇਲ ਆਪਾਂ ਹੁਣ ਪਾਈਏ ਵੀ ਇਹਨੂੰ ਕਿਸੇ ਸਟੇਜ ਤੋਂ ਬੋਲਣ ਨਾ ਦਈਏ ਇਹਦੀਆਂ ਸਟੇਜਾਂ ਕਿਉਂਕਿ ਇਹਦਾ ਤੋਰਾ ਫੁਲਕਾ ਸਟੇਜਾਂ ਤੋਂ ਚੱਲਦਾ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਤਾਂ ਉਹ ਇਹਨਾਂ ਨੂੰ ਅਸਲੀਅਤ ਇਹਨਾਂ ਦੀ ਦਰਜ ਕਰਾ ਅਸਲੀਅਤ ਇਹਨਾਂ ਨੂੰ ਪਛਾ ਮਤਲਬ ਇਹਨਾਂ ਨੂੰ ਅਹਿਸਾਸ ਕਰਾਓ ਇਹਨਾਂ ਨੂੰ ਕਿਸੇ ਸਟੇਜ ਤੋਂ ਬੋਲਣ ਨਾ ਦਿੱਤਾ ਜਾਵੇ ਉਹਦਾ ਬਾਈਕਾਟ ਕਿਉਂਕਿ ਤਨਖਾਹੀਆ ਕਰਾਰ ਆ ਜਿਹੜਾ ਤਨਖਾਹੀਆ ਕਰਾਰ ਆ ਉਹਨਾਂ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਹੁਣ ਤਾਂ ਇਹ ਭੱਜੇ ਕਿੱਧਰ ਨੂੰ ਭੱਜਦਾ ਇਹ ਬੜੇ ਬੜੇ ਇਲਜ਼ਾਮ ਲਾਉਂਦਾ ਰਿਹਾ ਜੀ ਫਲਾਨਾ ਆਹ ਕਰਦਾ ਜੀ ਜਦੋਂ ਤੁਸੀਂ 328 ਸਰੂਪਾਂ ਦਾ ਮੋਰਚਾ ਤੁਸੀਂ ਲਗਾਇਆ ਸੀ ਸਾਰੀ ਸੰਗਤ ਦੇ ਸਹਿਯੋਗ ਨਾਲ ਭਾਈ ਦਵਿੰਦਰ ਸਿੰਘ ਜੀ ਸਤਿਕਾਰ ਕਮੇਟੀ ਵਾਲੇ ਸਤਿਕਾਰਯੋਗ ਵੀਰਾਂ ਨੇ 328 ਸਰੂਪਾਂ ਦਾ ਮੋਰਚਾ ਲਾਇਆ ਸੀ ਉਦੋਂ ਵੀ ਮੈਨੂੰ ਪਤਾ ਲੱਗਿਆ ਵੀ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਕੋਈ ਬਿਆਨ ਦਿੱਤੇ ਸਨ ਤੁਹਾਡੇ ਅਗੇਂਸਟ ਦੇਖੋ ਜੀ ਉਹ ਹੁਣ ਸਾਰਾ ਕੁਛ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਉਹ ਮੈਂ ਉਦੋਂ ਇਹਨਾਂ ਨੂੰ 30-40 ਮਿੰਟ ਮੈਂ ਇਹਨਾਂ ਨਾਲ 25-30 ਮਿੰਟ ਮੈਂ ਉੱਥੇ ਤਖ਼ਤ ਸਾਹਿਬ 'ਤੇ ਜਦੋਂ ਇਹ ਕਥਾ ਕਰਕੇ ਆਏ ਮੰਜੀ ਸਾਹਿਬ ਤੋਂ ਅਤੇ ਮਸਕੀਨ ਜੀ ਵਾਲੀ ਕੁਟੀਆ ਵਾਲੀ ਸਰਾਂ ਜਿਹੜੀ ਹੈਗੀ ਮੈਂ ਉੱਥੇ ਗਿਆ ਸੀ ਇਹਨਾਂ ਕੋਈ ਜਵਾਬ ਨਹੀਂ ਹੈਗਾ ਸੀਗਾ ਪਰੰਤੂ ਅੱਜ ਸਮੇਂ ਨੇ ਜਵਾਬ ਦਿੱਤਾ ਵੀ ਜਿਹੜਾ ਸਤਿਗੁਰੂ ਸਾਹਿਬ ਦੀ ਸਵਾ ਸੇਰ ਦੀ ਸੋਨੇ ਦੀ ਸ੍ਰੀ ਸਾਹਿਬ ਭੇਟਾ ਕਰਨ ਵਾਲਾ ਗੁਰਮੁਖ ਪਿਆਰਾ ਕਹਿ ਰਿਹਾ ਵੀ ਮੇਰੇ ਕੋਲ ਹੁਕਮਨਾਮੇ 'ਚ ਤੂੰ ਭਾਈ ਲਿਖ ਰਿਹਾ ਵੀ ਸਵਾ ਸੇਰ ਆ ਅਤੇ ਨਿਕਲਦਾ ਸਵਾ ਤੋਲਾ ਵੀ ਨਹੀਂ ਹੈਗਾ ਪਤਾ ਨਹੀਂ ਕਿੰਨਾ ਹੈਗਾ ਪਰ ਉਹ ਤਾਂ ਤੁਹਾਨੂੰ ਕਹਿੰਦੇ ਸੀ ਵੀ ਤੁਸੀਂ ਗੁਰੂ ਸਾਹਿਬ ਜੀ ਦੇ ਪ੍ਰਾਚੀਨ ਸਰੂਪ ਲੋਕਾਂ ਦੇ ਘਰਾਂ ਦੇ ਵਿੱਚੋਂ ਲੈ ਲੈਂਦੇ ਹੋ ਅਤੇ ਤੁਸੀਂ ਵੇਚ ਦਿੰਦੇ ਹੋ ਸਤਿਕਾਰ ਕਮੇਟੀਆਂ ਵਾਲੇ ਮੈਂ ਮਖੂ ਸਾਹਿਬ ਉਹਨਾਂ ਨੂੰ ਸਵਾਲ ਇਹ ਕਿਹਾ ਸੀ ਵੀ ਸਾਨੂੰ ਸਬੂਤ ਦਿਓ ਐਵੇਂ ਡੀਂਗਾ ਨਾ ਮਾਰੋ ਠੀਕ ਪਰੰਤੂ ਇਹ ਆਪਣੇ ਅਕਾਵਾਂ ਨੂੰ ਖੁਸ਼ ਕਰਨ ਵਾਸਤੇ ਕਰਦੇ ਸੀਗੇ ਸਾਰਾ ਕੁਝ ਕਰਦੇ ਸੀ ਪਰ ਇਹ ਉਹੋ ਜਿਹਾ ਝੂਠੇ ਬੰਦੇ ਦੇ ਬਿਆਨ ਦੇ ਉੱਤੇ ਤੁਸੀਂ ਕੀ ਜਿਹੜੇ ਤਖ਼ਤ ਸਾਹਿਬ ਦਾ ਹੁਕਮਨਾਮਾ ਹੱਥ ਨਹੀਂ ਕੰਬੇ ਇਹਦੀ ਜ਼ਮੀਰ ਜੇ ਜੀਂਦੀ ਸੀ ਇਹਦੇ ਹੱਥ ਕੰਬਣੇ ਚਾਹੀਦੇ ਸੀਗੇ ਅਸਮਾਨ ਪਾਟਿਆ ਨਹੀਂ ਧਰਤੀ ਨੇ ਇਹਨੂੰ ਗਰਕਣ ਨੂੰ ਥਾਂ ਨਹੀਂ ਦਿੱਤੀ ਵੀ ਇਹ ਪੈਨ ਨਾਲ ਲਿਖ ਕੇ ਇੱਕ ਵਾਰੀ ਕਹੀ ਜਾਂਦਾ ਵੀ ਸਵਾ ਸੇਰ ਸੋਨਾ ਲੱਗਿਆ ਅਤੇ ਜਦੋਂ ਉਹਦੀ ਚੈੱਕਅਪ ਕਰਾਈ ਜਾਂਦੀ ਆ ਜਾ ਕੇ ਸੁਨਿਆਰ ਕੋਲੋਂ ਅਤੇ ਉੱਥੇ ਸਵਾ ਸੇਰ ਨਿਕਲਦਾ ਹੀ ਨਹੀਂ ਹੈਗਾ ਡਾਕਟਰ ਗੁਰਵਿੰਦਰ ਸਿੰਘ ਸਮਰਾ ਦੇ ਮੁਤਾਬਕ ਉਹ ਕਹਿੰਦੇ ਵੀ ਜਦੋਂ ਮੈਂ ਭੇਟਾਵਾਂ ਲੈ ਕੇ ਜਾਂਦਾ ਹੁੰਦਾ ਸਾਂ ਜੀ ਅਤੇ ਕਹਿੰਦੇ ਉਹਨਾਂ ਨੂੰ ਪਤਾ ਲੱਗ ਪਿਆ ਵੀ ਇਹਦੇ ਕੋਲ ਪੈਸਾ ਹੈ ਇਹ ਸ਼ਰਧਾਲੂ ਸੇਵਾ ਕਰਦਾ ਜੀ ਕਹਿੰਦੇ ਉਹਨਾਂ ਨੇ ਇਹ ਗੱਲ ਕਹੀ ਡਾਕਟਰ ਗੁਰਵਿੰਦਰ ਸਿੰਘ ਸਮਰਾ ਦੇ ਮੁਤਾਬਕ ਵੀ ਕਿਰਪਾਨ ਚਾਹੀਦੀ ਹੈ ਅਤੇ ਅਸੀਂ ਤਿਆਰ ਕਰਵਾ ਲਾਂਗੇ ਜੀ ਉਹ ਕਹਿੰਦੇ ਠੀਕ ਹੈ ਜੀ ਉਹ ਕਹਿੰਦੇ ਕਿਰਪਾਨ ਤਿਆਰ ਵੀ ਉਹਨਾਂ ਨੇ ਕਰਵਾਈ ਜੇ ਉਹਨਾਂ ਨੇ ਕਿਰਪਾਨ ਤਿਆਰ ਕਰਵਾਈ ਹੈ ਅਤੇ ਫਿਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਵੀ ਸੋਨਾ ਕਿੰਨਾ ਲੱਗਾ ਇਹਦਾ ਮਤਲਬ ਹੁਕਮਨਾਮੇ ਦੀ ਦੁਰਵਰਤੋਂ ਉਹਨਾਂ ਵੱਲੋਂ ਹੋਈ ਹੈ ਹੁਕਮਨਾਮੇ ਦੀ ਦੁਰਵਰਤੋਂ ਹੋਈ ਆ ਦੂਜੀ ਗੱਲ ਇੱਕ ਪੰਜਾਬੀ ਦੀ ਕਹਾਵਤ ਆ ਵੀ ਸਾਰੀ ਦੁਨੀਆ ਠੱਗਾਂ ਦੀ ਹੋਜੂ ਠੱਗਿਆ ਕੌਣ ਜਾਊ ਜਿਹੜਾ ਵਿਸ਼ਵਾਸ ਕਰੂ ਇਹਨਾਂ ਨੇ ਵਿਸ਼ਵਾਸ ਕੀਤਾ ਤਖ਼ਤ ਸਾਹਿਬ ਦੇ ਜਥੇਦਾਰ 'ਤੇ ਅਤੇ ਜਥੇਦਾਰ ਠੱਗ ਰਾਜੇ ਸ਼ੀ ਮੁਕੱਦਮ ਕੁੱਤੇ ਜਦੋਂ ਗੱਲ ਹੀ ਸਾਰੀ ਇਹ ਹੋ ਗਈ ਆ ਵੀ ਜਿਹੜਾ ਧਰਮੀ ਆ ਉਹ ਠੱਗ ਬਣ ਗਿਆ
ਅਤੇ ਹੁਣ ਤਖ਼ਤ ਸਾਹਿਬ ਦੇ ਉੱਤੇ ਬੈ ਅਸੀਂ ਠੱਗ ਰੱਖੇ ਹੋਏ ਆ। ਆਹ ਜਿਹੜੇ ਦੂਜੇ ਵੀ ਦੋ ਚਾਰ ਠੱਗ ਆ ਉਹਨਾਂ ਨੂੰ ਵੀ ਖੰਗਾਲਣ, ਮੈਂ ਕਹਿੰਦਾ ਸ਼ਾਬਾਸ਼ ਡਾਕਟਰ ਸਾਹਿਬ ਵਰਗਾ ਹੋਰ ਵੀ ਕੋਈ ਉੱਠੇ। ਇਹ ਬਹੁਤ ਕੁਛ ਪੜ੍ਹਦੇ ਨੇ ਅੰਦਰ ਹਸਪਤਾਲ ਦਾ ਕੰਮ ਛਡਾ ਕੇ ਇਸ ਕੰਮ ਨੂੰ ਤਾਂ ਨਹੀਂ ਲਾ ਦਿੰਦੇ? ਨਹੀਂ ਦੇਖੋ ਜੀ, ਇਹ ਸੇਵਾ ਹੈਗੀ ਆ ਜੀ, ਕਿਉਂਕਿ ਤੁਸੀਂ ਕਾਲਾ ਬੈਗ ਅਤੇ ਬਿਸਲਰੀ ਦੀ ਬੋਤਲ ਹੱਥ 'ਚ ਲੈ ਕੇ ਚਲ ਜਾਓ, ਤੁਹਾਨੂੰ ਵਧੀਆ ਚਾਹ ਪਿਉਂਦੇ ਆ, ਤੁਹਾਨੂੰ ਸਾਈਡ 'ਤੇ ਬਿਠਾਉਂਦੇ ਆ, ਮਾਤੜ ਧਮਾਤੜ ਨੂੰ ਤਾਂ ਥੜੇ ਨਹੀਂ ਚੜ੍ਹਨ ਦਿੰਦੇ। ਅਤੇ ਹੁਣ ਇਹਨਾਂ ਨੂੰ ਕੀ ਪਤਾ ਸੀਗਾ ਕਿ ਇਹਨਾਂ ਦੇ ਚਿੱਤ ਨੂੰ ਸੀ ਵੀ ਡਾਕਟਰ ਤਾਂ ਕੋਈ ਗੱਲ ਨਹੀਂ, ਜੇ ਡਾਕਟਰ ਕੋਲ ਰਿਕਾਰਡ ਨਾ ਹੁੰਦਾ, ਡਾਕਟਰ ਸਾਹਿਬ ਕੋਲ ਸਾਰਾ ਰਿਕਾਰਡ ਨਾ ਹੁੰਦਾ, ਆਪਾਂ ਗੁਰਦੁਆਰੇ ਦਾਨ ਕਰਕੇ ਆਪਾਂ ਕਿਹੜਾ ਸਲਿੱਪਾਂ ਸਾਂਭਦੇ ਹਾਂ? ਉਹ ਤਾਂ ਛਾ ਇਹਨਾਂ ਦੀ ਤੀਖਣ ਬੁੱਧੀ ਸੀ। ਅਤੇ ਉਹਨਾਂ ਨੂੰ ਸ਼ਾਇਦ ਸੀ ਵੀ ਹਸਪਤਾਲ ਦੇ ਵਿੱਚ ਓਪਰੇਸ਼ਨ ਕਰਦੇ, ਨਹੀਂ ਪਤਾ ਵੀ ਇੱਥੇ ਵੀ ਓਪਰੇਸ਼ਨ ਹੋ ਜਾਣਾ। ਮੈਂ ਕਿਹਾ ਜੀ ਇਹਨਾਂ ਨੇ ਪੂਰਾ ਸਹੀ ਓਪਰੇਸ਼ਨ ਕੀਤਾ, ਸਹੀ ਟ੍ਰੀਟਮੈਂਟ ਉਹਦੀ ਹੁਣ ਪੰਥ ਕਰੇਗਾ।